ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਹੋਏ ਕੇਸ ਮਗਰੋਂ ਅਕਾਲੀ ਦਲ ਦਾ ਪੰਜਾਬ ਸਰਕਾਰ ਖਿਲਾਫ ਰੋਸ ਲਗਾਤਾਰ ਜਾਰੀ ਹੈ। ਲੁਧਿਆਣਾ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਤੇ ਡਿਪਟੀ ਸੀਐਮ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ ਰੋਸ ਜ਼ਾਹਿਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਜਿੱਥੇ ਸਰਕਾਰ ਖਿਲਾਫ ਪੁਤਲਾ ਫੂਕਿਆ, ਉੱਥੇ ਹੀ ਬਿਕਰਮ ਸਿੰਘ ਮਜੀਠੀਆ ਤੇ ਹੋਏ ਦਰਜ ਮਾਮਲੇ ਨੂੰ ਲੈ ਕੇ ਸਰਕਾਰ ਦੇ ਖਿਲਾਫ ਭੜਾਸ ਕੱਢੀ ਹੈ। ਰੋਸ ਜਤਾ ਰਹੇ ਅਕਾਲੀ ਆਗੂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਬਿਕਰਮ ਸਿੰਘ ਮਜੀਠੀਆ ਤੇ ਝੂਠਾ ਪਰਚਾ ਦਰਜ ਕਰਵਾਇਆ ਗਿਆ, ਜਿਸ ਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਵੇ, ਨਹੀਂ ਤਾਂ ਸਮੁੱਚੇ ਅਕਾਲੀ ਦਲ ਲੀਡਰਾਂ ਦੇ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਮੈਂ ਬਲਵਿੰਦਰ ਡੁਲਗਚ, ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਪੰਜਾਬ ਤੋਂ। ਅੱਜ ਜਿਹੜਾ ਪੁਤਲਾ ਹਲਕਾ ਵੈਸਟ ਵਾਰਡ ਨੰਬਰ 68 ਵਿੱਚ ਕੁਛ ਮਾਰਕੀਟ ਵਿਖੇ ਚੰਨੀ ਦਾ, ਸਿੱਧੂ ਦਾ ਅਤੇ ਰੰਧਾਵੇ ਦਾ ਪੁਤਲਾ ਸਾੜ ਰਿਹਾ, ਜਿਹੜਾ ਆਪਣਾ ਸਰਦਾਰ ਬਿਕਰਮ ਸਿੰਘ ਮਜੀਠੀਆ ਉੱਤੇ ਜਿਹੜਾ ਝੂਠਾ ਪਰਚਾ ਦਰਜ ਕੀਤਾ ਗਿਆ, ਉਹਦੇ ਖਿਲਾਫ਼ ਅਸੀਂ ਇਹਨਾਂ ਦਾ ਪੁਤਲਾ ਸਾੜ ਰਹੇ ਹਾਂ। ਅਤੇ ਇਹਨਾਂ ਨੂੰ ਕਾਂਗਰਸ ਦੇ ਜਿਹੜੇ ਮਾੜੇ ਮੰਤਰੀ ਆ ਵੱਲੋਂ ਜਾਣ ਬੁੱਝ ਕੇ ਜਿਹੜਾ ਆਪਣੀ ਹਾਰ ਨੂੰ ਦੇਖਦੇ ਆ, ਆਪਣਾ ਮਜੀਠੀਆ ਸਾਹਿਬ ਜਿਹੜਾ ਪਰਚਾ ਦਰਜ ਕੀਤਾ ਗਿਆ, ਇਹ ਪਰਚਾ ਜਲਦੀ ਤੋਂ ਜਲਦੀ ਖਾਰਜ ਕੀਤਾ ਜਾਵੇ, ਨਹੀਂ ਤਾਂ ਜੋ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ 'ਚ ਵਿਰੋਧ ਹੋਰ ਤਿੱਖਾ ਕੀਤਾ ਜਾਊਗਾ, ਅਤੇ ਅਸੀਂ ਪੂਰਾ ਪੰਜਾਬ ਦਾ ਯੂਥ ਸਰਦਾਰ ਬਿਕਰਮ ਸਿੰਘ ਮਜੀਠੀਏ ਨਾਲ ਚੱਟਾਨ ਵਾਂਗੂ ਖੜ੍ਹੇ ਹਾਂ ਅਤੇ ਖੜ੍ਹੇ ਰਹਾਂਗੇ, ਅਤੇ ਸਰਕਾਰ 2022 ਵਿੱਚ ਬਣਾ ਕੇ ਛੱਡਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਆਪਣੀ।